ਕੈਨੇਡਾ ਦੇ ਰੱਖਿਆ ਮੰਤਰੀ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਯੂਨੀਕ ਹੋਮ ਵਿੱਚ ਪੁੱਜੇ। ਉਹਨਾਂ ਨੇ ਇੱਥੇ ਬੱਚਿਆਂ ਨਾਲ ਖੇਡ ਕੇ ਤਸਵੀਰਾਂ ਖਿਚਵਾਈਆਂ। ਸੱਜਣ ਦਾ ਇੱਥੇ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਯੂਨੀਕ ਹੋਮ ਵਿੱਚ ਤਕਰੀਬਨ 60 ਅਨਾਥ ਬੱਚਿਆਂ ਦਾ ਪਾਲਣ ਪੋਸ਼ਣ ਬੀਬੀ ਪ੍ਰਕਾਸ਼ ਕੌਰ ਵੱਲੋਂ ਕੀਤਾ ਜਾ ਰਿਹਾ ਹੈ। ਨਕੋਦਰ ਰੋਡ 'ਤੇ ਬਣੇ ਯੂਨੀਕ ਹੋਮ ਵਿੱਚ ਸੱਜਣ ਲਗਭਗ ਅੱਧਾ ਕੁ ਘੰਟਾ ਰੁਕੇ। ਉਹਨਾਂ ਦਾ ਇੱਥੇ ਨਿੱਘਾ ਸਵਾਗਤ ਕੀਤਾ ਗਿਆ। ਬਹੁਤ ਸਾਰੇ ਬੱਚੇ ਉਹਨਾਂ ਨੂੰ ਘੇਰਾ ਪਾ ਕੇ ਖੜ੍ਹੇ ਹੋਏ ਸਨ ਅਤੇ ਖੁਸ਼ ਦਿਖਾਈ ਦੇ ਰਹੇ ਸਨ। ਇੱਥੇ ਵੀ ਉਹਨਾਂ ਦੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਉਹਨਾਂ ਕੁੜੀਆਂ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਇੱਥੇ ਕੁੜੀਆਂ ਨੂੰ ਆਪਣੀ ਪਛਾਣ ਬਣਾਉਣ ਲਈ ਮੌਕੇ ਦਿੱਤੇ ਜਾਂਦੇ ਨੇ। ਉਹਨਾਂ ਬਹੁਤ ਸਾਰੀਆਂ ਗੱਲਾਂ ਪੰਜਾਬੀ ਵਿੱਚ ਹੀ ਕੀਤੀਆਂ। ਇਸ ਤੋਂ ਪਹਿਲਾਂ ਸੱਜਣ ਅੰਮ੍ਰਿਤਸਰ ਵਿਖੇ ਮਾਨਾਵਾਲਾ ਦੇ ਪਿੰਗਲਵਾੜੇ ਵੀ ਗਏ ਸਨ ਅਤੇ ਉਹਨਾਂ ਨੇ ਬੱਚਿਆਂ ਨਾਲ ਕਾਫੀ ਸਮਾਂ ਬਤੀਤ ਕੀਤਾ ਸੀ। ਉਹਨਾਂ ਬੱਚਿਆਂ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਮਿਥਣ ਦੀ ਵੀ ਸਲਾਹ ਦਿੱਤੀ। ਇੱਥੇ ਉਹਨਾਂ ਨੂੰ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਾਨੂੰ ਹੁਣ ਦੇਖਣਾ ਪੈਣਾ ਅਸੀਂ ਕੀ ਕਰਦੇ ਹਾਂ। ਨਾ ਜਸਟ ਮੈਂ ਇੰਡੀਆ ਦੀ ਗੱਲ ਕਰਦਾ, ਮੈਂ ਤਾਂ ਇਸ ਕੈਨੇਡਾ ਇਸ ਐਵਰੀਵੇਅਰ ਆਲ ਓਵਰ ਦਾ ਵਰਲਡ। ਅਸੀਂ ਜੇ ਇੱਦਾਂ ਦੇ ਕੰਮ ਹੈ ਨਾ ਜਿਸ ਅਸੀਂ ਸਪੋਰਟ ਨਾ ਕਰੀਏ ਇੱਦਾਂ ਦੀ ਔਰਗਨਾਈਜੇਸ਼ਨ ਐਂਡ ਪਰਸਨਲੀ ਇਹ ਹੁਣ ਇਹ ਤਾਂ ਇੱਥੇ ਹੁਣ ਫੋਟੋ ਦੇ ਅਸੀਂ ਖਿੱਚ ਸਕਦੇ ਹਾਂ ਪਰ ਅਸੀਂ ਆਪਣੇ ਘਰ ਦੇ ਵਿੱਚ ਜੇ ਅਸੀਂ ਆਪ ਆਪਣੇ ਆਪਣੀ ਭੈਣ ਨੂੰ ਆਪਣੇ ਡਾਟਰਸ ਨੂੰ ਉਹਨਾਂ ਨੂੰ ਓਪਰਚੁਨਿਟੀ ਨਹੀਂ ਦਿੰਦੇ ਉੱਥੋਂ ਚੇਂਜ ਸ਼ੁਰੂ ਹੋਣੀ ਆ। ਸੋ ਹੈਸ ਕਰਕੇ ਸਾਡੇ ਇਹ ਸਾਡੀ ਓਪਰਚੁਨਿਟੀ ਹੈਗੀ ਆ। ਸਾਡੇ ਪ੍ਰਾਈਮ ਮਿਨਿਸਟਰ ਇਹ ਰਾਊਂਡ ਦਾ ਵਰਲਡ ਇਹੀ ਗੱਲ ਸਾਰਿਆਂ ਨੂੰ ਲੈਕਚਰ ਕਰਦਾ ਦੈਟ ਅਸੀਂ ਹੁਣ ਸਾਨੂੰ ਦਿਸ ਇਜ਼ ਅ ਟਾਈਮ ਟੂ ਮੇਕ ਸ਼ੋਰ ਦੈਟ ਆਪਣੀ ਜਿਹੜੀ ਇਕੁਆਲਿਟੀ ਹੈਗੀ ਆ ਹੁਣ ਐਸਪੈਸ਼ਲੀ ਸਿੱਖਸ। ਹੁਣ ਮੈਂ ਹਰਿਮੰਦਰ ਸਾਹਿਬ ਸੀਗਾ ਜਦੋਂ ਅਸੀਂ ਆਪਣੇ ਸਿੱਖੇ ਬਾਰੇ ਗੱਲ ਕਰਦੇ ਹੈਗੇ ਹਾਂ ਇੱਕ ਓਹੰਕਾਰ ਆਪਣੀ ਇਕੁਆਲਿਟੀ ਦਾ ਇਹ ਹੁਣ ਸਾਨੂੰ ਪਰਸਨਲ ਡੈਮੋਸਟ੍ਰੇਟ ਕਰਨਾ ਪੈਣਾ ਹੈ।